ਸਭ ਤੋਂ ਵੱਡਾ ਸਵਾਲ ਤੇ ਖੜਾ ਹੁੰਦਾ ਹੈ ਕਿ ਜਿਹੜਾ ਕੱਲ ਫੈਸਲਾ ਲੈਣ ਲਈ ਜਿਹਦਰ ਸਾਹਿਬ ਨੂੰ ਮਜਬੂਰ ਹੋਣਾ ਪਿਆ ਉਹ ਕਦੀ ਵੀ ਇਹ ਘੜੀ ਨਾ ਆਉਂਦੀ ਜੇ ਅਕਾਲੀ ਦਲ ਦੇ ਜ਼ਿੰਮੇਵਾਰ ਸਜਣ ਸਰਬੀਸਨ ਬਲਟੋਆ ਬਿਆਨਬਾਜ਼ੀ ਕਰਨ ਤੋਂ ਸੰਕੋਚ ਕਰਤੇ ਸਭ ਤੋਂ ਇਹ ਨਹੀਂ ਕਿ ਉਹਨਾਂ ਨੇ ਸਾੜੇ ਸਾਲੇ ਨਹੀਂ ਕਿ ਜਿਹਦਰ ਜੀ ਨੇ ਕੀ ਕੀਤਾ ਹੈ ਕਿ ਜਾਂ ਕਿਤਾ ਸੜ ਸੋਲੇ ਕਿ ਨੋਬਤ ਕਿਉਂ ਆਈ ਗਣਿਤ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ ਪਰ ਇਲਜ਼ਾਮ ਇਸ ਤੋਂ ਜ਼ਿਆਦਾ ਵੱਡੇ ਲੱਗੇ ਨੇ ਆਡੀਓ ਰਿਕਾਰਡਿੰਗ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਵੀਡੀਓ ਰਿਕਾਰਡਿੰਗ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਕੀ ਕੀਤੀ ਗਈ ਕਿ ਕਰਵਾਈ ਗਈ ਵਿਸਾਸਨ ਬੋਲੇ ਮੇਟ ਬਲਟੋਆ ਬੋਲੇ ਕਿ ਬੁਲਾਇਆ ਗਿਆ ਹੁਣ ਗੱਲ ਇਹ ਹੈ ਕਿ ਜੇ ਵਾਕਈ ਸੀ ਸਿੱਖ ਪੇਸ਼ ਹਨ ਉਹ ਜੀ ਜਾਬਤੇ ਚ ਲੈਣਾ ਚਾਹੀਦਾ ਵਾਰ ਪਲਟ ਵਾਰ ਲਗਾਤਾਰ ਬਰਸਾ ਸਿੰਘ ਬੁਲਟੋਹਾ ਕਰ ਰਹੇ ਨੇ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਸਿਰਫ ਮੈਨੂੰ ਟਾਰਗੇਟ ਕਰ ਰਹੇ ਨੇ ਜਾਣ ਬੁੱਝ ਕੇ ਪਰ ਉਹ ਉਹ ਕਹਿ ਰਹੇ ਨੇ ਕਹਿੰਦੇ ਕੱਲ ਲਗਭਗ 2 ਘੰਟੇ ਕਾਰਵਾਈ ਹੋਈ ਆ ਤਾਂ ਡੇਢ ਘੰਟੇ ਦੇ ਲਗਭਗ ਸਿਰਫ ਗਿਆਨੀ ਹਰਪ੍ਰੀਤ ਸਿੰਘ ਜੀ ਹੀ ਬੋਲੇ ਨੇ ਸਾਰੀ ਜਿਹੜੀ ਕਾਰਵਾਈ ਆ ਉਹਨਾਂ ਨੇ ਕੀਤੀ ਆ ਸਬਰੀਮ ਕੋਲ ਦੇਖਦੇ ਆ ਤਿੰਨ ਜੱਜਾਂ ਦਾ ਬੈਂਚ ਬਿੜਦਾ ਉਹਦੇ ਕਈ ਵਾਰ ਦੋ ਜੱਜ ਸਾਇਲੈਂਟ ਮੂਡ ਦੇ ਬੈਠੇ ਹੁੰਦੇ ਇੱਕੋ ਜੱਜ ਆਰਗੂ ਕਰ ਰਿਹਾ ਹੁੰਦਾ ਉਹ ਗੱਲ ਸੁਣ ਰਿਹਾ ਹੁੰਦਾ ਉਹ ਕੀ ਕਿਹਾ ਜਾਵੇ ਕਿ ਜਿਹੜੇ ਦੂਜੇ ਦੋ ਜੱਜ ਨੇ ਉਹਨਾਂ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈਗੀ ਪਰ ਇਸ ਨੂੰ ਇਤਨਾ ਜਿੱਤਾਂ ਮੀਡੀਆ ਤੇ ਪਾ ਕੇ ਅਸੀਂ ਜਿੱਤਾਂ ਦੀ ਇਲਜ਼ਾਮਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਅਸੀਂ ਇਹਨੂੰ ਬੁਰਾ ਮੰਨਦੇ ਆ ਅਸੀਂ ਇਹਨੂੰ ਮੰਨਦੇ ਆ ਕਿ ਸਾਡੀਆਂ ਸੰਸਥਾਵਾਂ ਇਹਨਾਂ ਕਮਜ਼ੋਰ ਹੋ ਰਹੀਆਂ ਨੇ ਜਿੱਥੇ ਸਿੱਖ ਸਿੱਖ ਹੋਣ ਵਾਲੀ ਸਾਡੀ ਉਸਮਰਪਨ ਦੀ ਭਾਵਨਾ ਹੈ ਉਹ ਵੀ ਦਾਗਦਾਰ ਹੋ ਰਹੀ ਹੈ ਇਹ ਤੋਂ ਸਾਨੂੰ ਗ੍ਰੇਟ ਕਰਨਾ ਚਾਹੀਦਾ ਕਮਾਲ ਦੀ ਗੱਲ ਹੈ ਜੀ ਕਿ ਕਿੰਨੇ ਸਾਲ 97 ਤੋਂ ਲੈ ਕੇ ਅੱਜ ਤੱਕ ਉਹ ਸੇ ਬੀਜੀਪੀਐਨ ਨਾਲ ਰਹੇ ਨਹੀਂ ਕਿਉਂ ਕਿ ਜੜੀ ਵਾਂਗ ਕਹਿੰਦੇ ਨੇ ਆਪਣਾ ਸਮਾਂ ਗੁਜ਼ਾਰੇ ਆ ਤੇ ਅੱਜ ਜੇ ਉਹ ਸਿਆਸੀ ਤੌਰ ਤੇ ਉਹਨਾਂ ਨਾਲ ਬਹਿ ਕੇ ਉਥੋਂ ਉਹਦੇ ਲੈ ਲੈਣ ਤੇ ਠੀਕ ਹੈ ਤੇ ਜੇ ਕੋਈ ਇੱਕ ਨੈਤਿਕ ਤੌਰ ਤੇ ਕੋਈ ਆਗੂ ਦਰਬਾਰ ਸਾਹਿਬ ਆਇਆ ਕਿਸੇ ਜਥੇਦਾਰ ਨੂੰ ਮਿਲ ਜੇ ਤੇ ਉਪਰਾਧ ਦੇ ਇਹ ਕਿਹੜੀ ਕਿਤਾਬ ਦਾ ਸਾਨੂੰ ਤੇ ਫਾਰਮੂਲਾ ਹੈ ਇਹ ਤਾਂ ਸਾਡੀ ਸਮਝੋਂ ਬਾਹਰ ਹੋ ਜਾਂਦਾ ਹੈ ਕਿ ਰੋਮਨੀਆ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਬਲਟੋਹਾ ਹੁਣ ਅਕਾਲੀ ਦਲ ਦੇ ਵਿੱਚ ਨਹੀਂ ਰਹੇ ਉਹਨਾਂ ਨੂੰ ਅਕਾਲੀ ਦਲ ਦੇ ਵੱਲੋਂ ਉਹਨਾਂ ਦਾ ਜਿਹੜਾ ਅਸਤੀਫਾ ਹੈਗਾ ਉਹ ਸਵੀਕਾਰ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਸੀ ਕਿ ਵਿਰਸਾ ਸਿੰਘ ਬਲਟੋਹਾ ਨੂੰ 10 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਤਾਂ ਹੁਣ ਫਿਲਹਾਲ ਉਹ ਪਾਰਟੀ ਦਾ ਹਿੱਸਾ ਨਹੀਂ ਰਹੇ ਤਾਂ ਸਾਡੇ ਨਾਲ ਇਸ ਗੱਲਬਾਤ ਦੇ ਉੱਪਰ ਮੌਜੂਦ ਨੇ ਅਕਾਲ ਤਖਤ ਦੇ ਸ਼੍ਰੀ ਦੰਦਵਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਅ ਗਿਆਨੀ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਇੱਕ ਵੱਡਾ ਫੈਸਲਾ ਤਖਤ ਸ਼੍ਰੀ ਅਕਾਲ ਤਖਤ ਦੇ ਵੱਲੋਂ ਲਿਆ ਗਿਆ ਕਿ ਜਿਹੜੇ ਵਿਰਸਾ ਸਿੰਘ ਬਲਟੋਹਾ ਨੇ ਉਹਨਾਂ ਨੂੰ ਅਕਾਲੀ ਦਲ ਦੇ ਵੱਲੋਂ 10 ਸਾਲਾਂ ਲਈ ਬਾਹਰ ਕੱਢਿਆ ਜਾਵੇ ਤੇ ਹੁਣ ਉਹ ਇਸ ਵਕਤ ਅਕਾਲੀ ਦਲ ਦਾ ਹਿੱਸਾ ਨਹੀਂ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿੰਘ ਸਾਹਿਬਾਨ ਵੱਲੋਂ ਇਕਤਰਤਾ ਵਿੱਚ ਨਿਰਣਾ ਲਿਆ ਗਿਆ ਉਹ ਨਿਰਣਾ ਲੈਣ ਤੋਂ ਬਾਅਦ ਸਿੱਖ ਪੰਥ ਦੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਆਪਣੀਆਂ-ਆਪਣੀਆਂ ਰਾਮਾਂ ਨੇ ਸਭ ਤੋਂ ਵੱਡਾ ਸਵਾਲ ਤੇ ਖੜਾ ਹੁੰਦਾ ਹੈ ਕਿ ਜਿਹੜਾ ਕੱਲ ਫੈਸਲਾ ਲੈਣ ਲਈ ਜਿਸਦਰ ਸਾਹਿਬ ਨੂੰ ਮਜਬੂਰ ਹੋਣਾ ਪਿਆ ਉਹ ਕਦੀ ਵੀ ਇਹ ਘੜੀ ਨਾ ਆਉਂਦੀ ਜੇ ਆਕਾਲੀ ਦਲ ਦੇ ਜੁਮੇਵਾਰ ਸੱਜਣਸਲਾ ਵਿਸ਼ਾ ਸੰਬਲਟੋਆ ਬਿਆਨਬਾਜ਼ੀ ਕਰਨ ਤੋਂ ਸੰਕੋਚ ਕਰਦੇ ਸਭ ਤੋਂ ਇਹ ਨਹੀਂ ਕਿ ਉਹਨਾਂ ਨੇ ਸਾੜੇ ਸਾਲੇ ਨਹੀਂ ਕਿ ਜਿਹੇਦਾਰ ਜੀ ਨੇ ਕੀ ਕੀਤਾ ਤੇ ਜਾਂ ਕਿਉਂ ਕੀਤਾ ਸਾਡਾ ਸਵਾਲ ਇਹ ਕਿ ਨੌਬਦ ਕਿਉਂ ਆਈ ਅੱਜ ਵਰਤਮਾਨ ਸਮੇਂ ਦੇ ਸੰਦਰਭ ਵਿੱਚ ਸੋਚਣਾ ਪਏਗਾ ਕਿ ਜਿੰਨਾ ਸੱਜਣਾ ਜਿੰਨਾ ਪਦਵੀਆਂ ਤੇ ਬੈਠਿਆਂ ਨੇ ਅਸੀਂ ਬਹੁਤ ਆਦਰ ਦਿੰਨੇ ਆ ਸਤਿਕਾਰ ਦਿੰਨੇ ਆ ਉਹਨਾਂ ਦਾ ਸਤਿਕਾਰ ਗੱਲਾਂ ਬਾਤਾਂ ਦਾ ਹੀ ਏ ਕਿ ਉਹਨਾਂ ਦਾ ਸਤਿਕਾਰ ਦਿਲੋਂ ਅਸੀਂ ਕਰਨ ਦੇ ਲਈ ਸੱਚੀ ਮਿੱਚੀ ਤਿਆਰ ਹਾਂ ਮਸਲਾ ਗਿਆ ਹੋਇਆ ਪੰਜ ਦਿਨ ਅੱਗੇ ਕੀ 10 ਦਿਨ ਪਿੱਛੇ ਕੀ ਨਿਰਣਾ ਆ ਜਾਏਗਾ ਸਹਿਜ ਵਿੱਚ ਰਹੋ ਅਜੇ ਤੁਹਾਡੇ ਮਨ 'ਚ ਕੋਈ ਸਵਾਲ ਖੜਾ ਹੁੰਦਾ ਹੈ ਸਾਡੇ ਕੋਲ 100 ਟੰਗ ਤਰੀਕਾ ਹੈ ਪਹੁੰਚ ਕਰਨ ਦਾ ਜਾਂਕਿ ਮੈਂ ਬੈਠ ਕੇ ਕੋਈ ਜਾਣਨ ਦਾ ਕਿ ਕਦੋਂ ਤੱਕ ਸਾਡੀ ਜਿਹੜੀ ਹੈ ਇਸ ਮਸਲੇ ਦੀ ਸੁਣਵਾਈ ਕੀਤੀ ਜਾਏਗੀ ਜਾਂ ਤੇ ਕਦੋਂ ਤੁਸੀਂ ਕੋਈ ਆਪਣਾ ਫੈਸਲਾ ਦਿਓਗੇ ਉਹਨੂੰ ਲੈ ਕੇ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਉਹ ਬਿਆਨਬਾਜ਼ੀ ਕਰਨੀ ਜਿਹੜੀ ਹੈ ਇਹ ਅਤ ਦੁਖਦਾਇਕ ਜਿਹੜੀ ਹੈ ਉਹ ਰਹੀ ਹੈ ਤੇ ਉਸੇ ਤੋਂ ਹੀ ਸਿੰਘ ਸਾਹਿਬ ਨੇ ਪ੍ਰਭਾਵਿਤ ਹੋ ਕੇ ਉਹਨੂੰ ਕੱਲ ਤਰਫ ਕੀਤਾ ਸੀ ਔਰ ਉਹਨਾਂ ਨੇ ਜੋ ਕੁਝ ਉੱਥੇ ਕੱਲ ਗੱਲਬਾਤ ਹੋਈ ਹੋਏਗੀ ਆਪਸ ਵਿੱਚ ਉਸ ਤੋਂ ਬਾਅਦ ਮੈਂ ਅਸੀਂ ਤੇ ਮੰਨਦੇ ਹਾਂ ਕਿ ਕਿਸੇ ਬਹੁਤ ਵੱਡੇ ਪਰੇ ਹੋਏ ਮਨ ਦੇ ਨਾਲ ਉਹਨਾਂ ਨੇ ਜਿਹੜਾ ਉਹ ਕਦਮ ਚੁੱਕਿਆ ਹੈ ਕਿ ਉਹਨਾਂ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਇਸ ਮੌਕੇ ਚਰਮਣੀ ਕਲਦਰ ਬਾਦਲ ਧੜੇ ਦੇ ਉਹਨਾਂ ਨੂੰ ਉਹਨਾਂ ਨੇ ਰੇਸ਼ ਦਿੱਤਾ ਕਿ ਭਾਈ ਇਹ ਕਾਰਵਾਈ ਕਰੋ ਇਸ ਕਰਕੇ ਉਹ ਕਾਰਵਾਈ ਅਸੀਂ ਮੰਨਦੇ ਹਾਂ ਜਾਤੀ ਤੌਰ ਤੇ ਵੀ ਮਜਬੂਰੀ ਦੀ ਹਾਲਤ ਵਿੱਚ ਜਿਹੜੀ ਹੈ ਉਹਨਾਂ ਨੂੰ ਗਲਤ ਕੀਤੀ ਉਹ ਵੈਸੇ ਉਹਨਾਂ ਦੀ ਤਾਂ ਕੋਈ ਮਨਸ਼ਾ ਹੁਸੀਕ ਨਹੀਂ ਇਨੇ ਬਾਰੇ ਤੁਸੀਂ ਕੁਝ ਵੀ ਨਹੀਂ ਕਹਿੰਦੇ ਪਰ ਜੋ ਹੋਇਆ ਉਹਦੇ ਬਾਰੇ ਜੋ ਉਹਨਾਂ ਦੀ ਬਿਆਨਬਾਜ਼ੀ ਦਾ ਨਤੀਜਾ ਸਾਡੇ ਸਾਹਮਣੇ ਆਇਆ ਹੈ। ਕਹਿੰਦੇ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ ਪਰ ਇਲਜ਼ਾਮ ਇਸ ਤੋਂ ਜ਼ਿਆਦਾ ਵੱਡੇ ਲੱਗੇ ਨੇ ਆਡੀਓ ਰਿਕਾਰਡਿੰਗ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਵੀਡੀਓ ਰਿਕਾਰਡਿੰਗ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਕਿਉਂਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹੁਤ ਜ਼ਿਆਦਾ ਸਾਰੇ ਸਿੱਖ ਸਮਾਜ ਦੇ ਵਿੱਚ ਹੈਗੀ ਆ ਪਰ ਜਿਹੜੇ ਆਡੀਓ ਵੀਡੀਓ ਦੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਰਿਕਾਰਡਿੰਗ ਕੀਤੀ ਗਈ ਹੈ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਪਹਿਲੀ ਗੱਲ ਇਹ ਕਿ ਮੈਂ ਪਹਿਲੀ ਬੇਨਤੀ ਦੇ ਹੀ ਕੀਤੀ ਹੈ ਜੀ। ਉਹਨਾਂ ਨੂੰ ਬਿਆਨ ਰਿਕਾਰਡਿੰਗ ਤੋਂ ਜਿਹੜੇ ਕੱਲ ਦੇ ਇਕਤਰ ਤੋਂ ਤੋਂ ਬਿਲਾ ਜਿਹੜੇ ਬਿਆਨ ਬਾਜੀ ਨਹੀਂ ਸੀ ਕਰਨੀ ਚਾਹੀਦੀ ਉਹ ਬਿਆਨ ਬਾਜੀ ਕਿਉਂ ਕੀਤੀ ਗਈ ਅਸੀਂ ਕੱਲ ਵੀ ਸਵਾਲ ਖੜਾ ਕੀਤਾ ਕਿ ਕੀਤੀ ਗਈ ਕਿ ਕਰਵਾਈ ਗਈ ਹੈ ਵਿਸ਼ਾ ਸੰਗ ਬੋਲੇ ਵੇਟ ਬੁਲਵਾ ਬੋਲੇ ਕਿ ਬੁਲਵਾਇਆ ਗਿਆ ਕਿਸੇ ਸਾਰੀ ਧਿਰੋ ਦੇ ਸ਼ਾਮਲੇ ਕੋ ਕੱਲ੍ਹ ਜਾਤੀ ਤੌਰ ਤੇ ਸ਼ਾਮਲੇ ਕੋ ਸਾਨੂੰ ਚਾਹੁੰਦਾ ਹੈ ਕਿ ਜੇ ਉਹਨਾਂ ਦੇ ਬੋਲਣ ਤੋਂ ਬਾਅਦ ਜਿਹੜੇ ਜਥੇਬੰਦੀ ਦੇ ਮੁਖੀ ਨੇ ਕਾਰਜਕਾਰੀ ਪ੍ਰਧਾਨ ਨੇ ਸਰਦਾਰ ਬਲਵਿੰਦਰ ਸਿੰਘ ਭੁੰਦਰ ਦੀ ਉਹਨਾਂ ਦੇ ਬਿਆਨ ਤੇ ਟਿੱਪਣੀ ਨਹੀਂ ਕਰਦੇ ਜਾਂ ਉਹਨਾਂ ਨੂੰ ਰੋਕਦੇ ਨਹੀਂ ਕਿ ਤੁਸੀਂ ਕੌਣ ਹੁੰਦੇ ਹੋ ਇਹ ਤਾਂ ਦੇ ਬਿਆਨਬਾਜ਼ੀ ਕਰਨ ਵਾਲੇ ਤੜ ਕੋ ਕੋਈ ਇਖਤਿਆਰ ਨਹੀਂ ਜੇਕਰ ਉਥੇ ਵਰਦੇ ਦਿੱਤਾ ਜਾਂਦਾ ਤਾਂ ਸ਼ਹਿਦ ਜਿਹੜੀ ਕੱਲ ਵਾਲੀ ਨੌਬਜ ਜਿਹੜੀ ਆਈ ਹੈ ਉਹਨਾਂ ਨਾਂ ਉਹਨਾਂ ਨੇ ਪੇਸ਼ੀ ਹੁੰਦੇ ਨਾ ਉਥੇ ਜਿਹੜੀ ਗੱਲ ਦੀ ਰਿਕਾਰਡਿੰਗ ਦੀ ਕਰੇ ਜਾਂ ਜਿੱਤਾਂ ਨੂੰ ਕੋਈ ਮਸਲਾ ਉਠਾ ਰਹੇ ਨੇ ਇਹ ਸਾਡੇ ਸਾਰੇ ਸਾਹਮਣੇ ਆਉਂਦਾ ਹੁਣ ਗੱਲ ਇਹ ਹੈ ਕਿ ਜੇ ਵਾਅਕੇ ਸੀ ਸਿੱਖਾਂ ਫਿਰ ਸਾਨੂੰ ਅੱਜ ਵੀ ਜਾਪਤੇ ਚ ਰਹਿਣਾ ਚਾਹੀਦਾ ਹੈ ਮੰਲੋ ਪਰ ਜਾਬਤਾ ਫਿਲਹਾਲ ਹਜੇ ਵੀ ਨਹੀਂ ਕਿਉਂਕਿ ਵਾਰ ਪਲਟ ਵਾਰ ਲਗਾਤਾਰ ਬਿਰਸਾ ਸਿੰਘ ਬੁਲਟੋਹਾ ਕਰ ਰਹੇ ਨੇ ਕਹਿੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਸਿਰਫ ਮੈਨੂੰ ਟਾਰਗੇਟ ਕਰ ਰਹੇ ਨੇ ਜਾਣ ਬੁੱਝ ਕੇ ਮੈਨੂੰ ਨਹੀਂ ਜਾਬਦਾ ਕਿ ਉਹਨਾਂ ਨੂੰ ਕੋਈ ਜ਼ਰੂਰਤ ਪਈ ਹੈ ਜੀ ਬਿਰਸਾ ਸਿੰਘ ਬੁਲਟੋ ਮੰਲੋ ਕਿ ਮੈਂ ਵੀ ਪਦਵੀ ਤੇ ਬੈਠਾ ਹਾਂ ਤੇ ਮੇਰੀ ਸਦਾਰ ਬਿਰਸਾ ਸਿੰਘ ਨਾਲ ਕੋਈ ਦੁਸ਼ਮਣੀ ਨਹੀਂ ਜ਼ਮੀਨ ਨਹੀਂ ਮੰਦਣੀ ਕੋਈ ਨਹੀਂ ਹੈ ਕਿ ਮੈਂ ਸਾਡੇ ਕੋ ਆਪਣੀ ਦਾ ਅਧਿਆਨ ਜੋ ਸੇਵਾ ਹੈ ਸੀ ਆਪਣੀ ਸੇਵਾ ਨਿਭਾਣੀ ਹੈ ਉਹ ਆਪਣੀ ਉਹਨਾਂ ਨੇ ਆਪਣੀ ਸੇਵਾ ਨਿਭਾਣੀ ਹੈ ਇਸ ਕਣਕੇ ਐਸੇ ਜਾਬ ਨੇ ਕਿ ਜਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਇਤਾਂ ਦੀ ਗਲਤਫਹਮੀ ਆ ਗਈ ਕਿ ਸ਼ਾਇਦ ਹਰਪ੍ਰੀਤ ਸਿੰਘ ਮੈਨੂੰ ਨਿਸ਼ਾਨਾ ਬਣਾ ਕੇ ਗੱਲ ਕਰ ਰਿਹਾ ਹੈ ਗੱਲ ਤੇ ਜਿਹਦਰ ਵਰਗਵੀਰ ਸਿੰਘ ਜੀ ਵੀ ਕਰ ਰਹੇ ਨੇ। ਅਹ ਗੱਲ ਕਰੀ ਉਹਦੀ ਕਥਾਂ ਦੀ ਨਹੀਂ ਹੈਗੀ। ਪਰ ਉਹ ਉਹ ਕਹਿ ਰਹੇ ਨੇ ਕਹਿੰਦੇ ਕੱਲ ਲਗਭਗ 2 ਘੰਟੇ ਕਾਰਵਾਈ ਹੋਈ ਆ ਤਾਂ ਡੇਢ ਘੰਟੇ ਦੇ ਲਗਭਗ ਸਿਰਫ ਗਿਆਨੀ ਹਰਪ੍ਰੀਤ ਸਿੰਘ ਜੀ ਹੀ ਬੋਲੇ ਨੇ ਸਾਰੀ ਜਿਹੜੀ ਕਾਰਵਾਈ ਆ ਉਹਨਾਂ ਨੇ ਕੀਤੀ ਆ। ਨਹੀਂ ਬੋਲਣ ਤੋਂ ਤੁਸੀਂ ਵੀ ਇੱਕ ਤਰਤਾ ਜ ਰਹੇ ਨੇ ਸੋ ਤੁਸੀਂ ਅਸੀਂ ਬੈਠਨੇ ਸੀ ਆਪਣੇ ਸਾਹਮਣੇ ਦੇ ਅੰਦਰ। ਉਥੇ ਉਹੀ ਵੀ ਸੱਜਣ ਜਿਨ ਜਿਨ ਨੂੰ ਜਿਨ ਨੂੰ ਉਸ ਮਸਲੇ ਬਾਰੇ ਜਾਣਕਾਰੀ ਵਧੇਰੀ ਹੈ ਉਹੀ ਬੰਦਾ ਬੋਲ ਕੇ ਆਪਣੀ ਭੂਮਿਕਾ ਨਿਭਾਉਂਦੇ ਤੇ ਗੱਲ ਤੇ ਪੰਹਿਆਂ ਵੱਲ ਮੰਨੀ ਜਾਂਦੀ ਤੇ ਮੈਂ ਉਥੇ ਇੱਕ ਦਮਦਮੂਸਰ ਜਿੱਤਦਰ ਬੋਲੜੇ ਹੈ ਕਿ ਕੱਲ ਤੱਕ ਤੇ ਜਿੱਦਰ ਬੋਲੜੇ ਹੈ ਕਿ ਕੇਸਗੜ੍ਹ ਸਾਹਿਬ ਦੇ ਜਿੱਤਦਰ ਬੋਲੜੇ ਗੱਲ ਇਸ ਗੱਲ ਦਾ ਨਹੀਂ ਹੈ ਮਸਲਾ ਜਿੱਥੇ ਹੁੰਦਾ ਹੈ ਜਿੱਨਾ ਉਹਦੀ ਵਿਚਾਰ ਚਰਚਾ ਜਿਹੜੀ ਹੈ ਮੰਨ ਲਓ ਕਿ ਆਪਾਂ ਸੁਪਰੀਮ ਕੋਰਟ ਦੇਖਦੇ ਹਾਂ ਤਿੰਨਾਂ ਜੱਜਾਂ ਦਾ ਬੈਂਚ ਬੈਠਦਾ ਉਹ ਤੇ ਕਈ ਵਾਰ ਦੋ ਜੱਜ ਸਾਇਲੈਂਟ ਮੂਡ ਤੇ ਬੈਠੇ ਹੁੰਦੇ ਇੱਕੋ ਜੱਜ ਆਰਗੂ ਕਰ ਰਿਹਾ ਹੁੰਦਾ ਉਹ ਗੱਲ ਸੁਣ ਰਿਹਾ ਹੁੰਦਾ ਉਹ ਤੇ ਕੀ ਕਿਹਾ ਜਾਵੇ ਕਿ ਜਿਹੜੇ ਦੂਜੇ ਦੋ ਜੱਜ ਨੇ ਉਹਨਾਂ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈਗੀ ਇਸ ਦਾ ਇਹ ਕੋਈ ਇਤਾਂ ਦੇ ਜਦੋਂ ਅਸੀਂ ਮੰਨਦੇ ਇੱਕ ਪਾਸੇ ਸਮਰਪਣ ਕਹਿੰਦੇ ਹਾਂ ਜੋ ਜੇ ਪਾਸੇ ਸਮਰਪਣ ਨੂੰ ਅਸੀਂ ਆਪਣੀ ਬੁਰਦੀ ਦੇ ਮੁਤਾਬਕ ਦੀ ਅਲੋਚਨਾ ਕਰਦੇ ਦੋਨੇ ਚੀਜ਼ਾਂ ਇੱਕੋ ਸਮੇਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਤੇ ਸਮਰਪਣ ਤੋਂ ਇਨਕਾਰ ਕਰੀਏ ਕਿ ਸਾਡਾ ਕੋਈ ਸਮਰਪਣ ਨਹੀਂ ਜੀ ਅਸੀਂ ਇਹਨਾਂ ਤੋਂ ਵਿਰੋਧ ਵਿੱਚ ਹੈ ਸਾਡੇ ਹਾਂ ਜੇ ਫਿਰ ਤੇ ਗੱਲ ਸਮਝ ਆਉਂਦੀ ਹੈ ਤੇ ਜੇ ਸਮਰਪਣ ਦੀ ਗੱਲ ਕਰਦੇ ਆਂ ਫਿਰ ਭਾਈ ਸਾਨੂੰ ਸਮਰਪਣ ਦਾ ਮਰਜ਼ਬਾ ਸਮਰਪਣ ਹੀ ਹੁੰਦਾ ਹਾਂਜੀ ਫਿਰ ਉਹ ਜੋ ਕੁਝ ਗੱਲਾਂ ਅਸੀਂ ਫਿਰ ਕਹਿੰਨੇ ਆਂ ਅਸੀਂ ਰਾਤੀ ਵੀ ਕਿਹਾ ਕਿ ਤਾ ਅੱਜ ਵੀ ਜਾਵਤਾ ਰੱਖਣ ਲੋੜ ਇਹ ਕੋਮ ਦਾ ਮੁੱਦਾ ਹੈ ਇਹਨੂੰ ਇਤਨਾਮ ਅਖਬਾਰਾਂ ਵਿੱਚ ਪਾ ਕੇ ਮੀਡੀਆ 'ਚ ਪਾ ਕੇ ਛੱਡਣਾ ਨਹੀਂ ਚਾਹੀਦਾ ਇਹਦੇ ਵਾਸਤੇ ਸਾਨੂੰ ਅੰਦਰ ਬਹਿ ਕੇ ਇਹਦੇ ਉੱਤੇ ਗੱਲਬਾਤ ਕਰਕੇ ਜੋ ਕੁਝ ਵੀ ਤੁਹਾਨੂੰ ਜਾਪਦਾ ਹੈ ਕੋ ਤੇ ਬਹੁਤ ਸਾਰੇ ਢੰਗ ਤਰੀਕੇ ਨੇ ਜਿਨ੍ਹਾਂ ਤੇ ਅੱਗੇ ਜਾ ਕੇ ਪਹੁੰਚ ਕੀਤੀ ਜਾ ਸਕਦੀ ਹੈ ਕੋਈ ਗੱਲ ਪੁੱਛੀ ਗਿੱਚੀ ਦਾ ਜਾ ਸਕਦੀ ਹੈ ਮੰਨ ਲਓ ਤੁਹਾਡੀ ਤਸੱਲੀ ਨਹੀਂ ਹੋ ਰਹੀ ਤੇ ਕਿਸੇ ਹੋਰ ਢੰਗ ਤਰੀਕੇ ਨਾਲ ਸ ਗੱਲ ਤੇ ਉੱਤੇ ਹਰਪ੍ਰੀਤ ਸਿੰਘ ਨਾਲ ਜਿਹੜਾ ਜਾਣਿਆ ਜਾ ਸਕਦੇ ਕਿ ਕੀ ਗੁਜਾਤੀ ਤੌਰ ਤੇ ਤੁਹਾਡਾ ਕੋਈ ਲਗਾਓ ਹੈ ਜਾਂ ਨਹੀਂ ਹੈ ਜਾਂ ਮਨਮਟਾਓ ਹੈ ਜਾਂ ਨਹੀਂ ਹੈ ਇਹ ਸਭ ਕੁਝ ਹੋ ਸਕਦਾ ਪਰ ਇਸ ਨੂੰ ਇਤਨਾ ਜਿੱਤਾਂ ਮੀਡੀਆ 'ਚ ਪਾ ਕੇ ਅਸੀਂ ਜਿੱਤਾਂ ਦੀ ਇਲਜ਼ਾਮਬਾਜ਼ੀ ਦਾ ਸ਼ੁਰੂ ਹੋ ਗਏਖ ਅਸੀਂ ਇਹਨੂੰ ਬੁਰਾ ਮੰਨਦੇ ਆ ਅਸੀਂ ਇਹ ਮੰਨਦੇ ਆ ਕਿ ਸਾਡੀਆਂ ਸੰਸਥਾਵਾਂ ਇਹਨਾਂ ਕਮਜ਼ੋਰ ਹੋ ਰਹੀਆਂ ਨੇ ਜਿੱਥੇ ਸਿੱਖ ਸਿੱਖ ਹੋਣ ਵਾਲੀ ਜਿਹੜੀ ਸਾਡੀ ਉਹ ਸਮਰਪਣ ਦੀ ਭਾਵਨਾ ਹੈ ਉਹ ਵੀ ਦਾਗਦਾਰ ਹੋ ਰਹੀਏ ਇਹ ਤੋਂ ਸੰਗ੍ਰਿਹ ਕਰਨਾ ਚਾਹੀਦਾ ਗਣਜ ਕਿਵੇਂ ਦੇਖਦੇ ਹੋ ਤੁਸੀਂ ਕਿਹਾ ਕਿ ਕੌਮ ਦਾ ਮੁੱਦਾ ਹੈ ਬਾਕੀ ਕੌਮ ਦਾ ਮੁੱਦਾ ਪਰ ਇਹ ਮੁੱਦੇ ਦੇ ਪਿੱਛੇ ਕਾਰਨ ਰਾਜਨੀਤਿਕ ਪਾਰਟੀ ਦਾ ਜਿਵੇਂ ਤੁਸੀਂ ਕਿਹਾ ਵੀ ਇਹ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਾਂ ਕਰਵਾਈ ਜਾ ਰਹੀ ਹੈ ਉਹਦੇ ਪਿੱਛੇ ਕਾਰਨ ਕੀ ਦਾ ਦੇਖਦੇ ਹਾਂ ਕਿਉਂਕਿ ਸਾਫ਼ ਤੌਰ ਤੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਆਰਐਸਐਸ ਭਾਜਪੀ ਜਿਹੜੀ ਸ਼ਰਮ ਨੇ ਇਕੱਲੇ ਦਲ ਦੇ ਪ੍ਰਧਾਨ ਕੀ ਆ ਜਾਂ ਸੁਖਵੀਰ ਸਿੰਘ ਬਾਦਲ ਪ੍ਰਧਾਨ ਨੇ ਤਾਂ ਉਹਨਾਂ ਨੂੰ ਹਟਾਉਣ ਦੇ ਲਈ ਜਿਹੜੀ ਇਹ ਕਿ ਤਰ੍ਹਾਂ ਕਿਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹ ਕਮਾਲ ਦੀ ਗੱਲ ਹੈ ਜੀ ਕਿ ਕਿੰਨੇ ਸਾਲ 97 ਤੋਂ ਲੈ ਕੇ ਅੱਜ ਤੱਕ ਉਸੇ ਭਾਜਪੀ ਨਾਲ ਰਹੇ ਨੇ ਕਿਉਂ ਕਿ ਜੜੀ ਵਾਂ ਗਏ ਨੇ ਆਪਣੇ ਸਮਾਂ ਗੁਜ਼ਾਰੇ ਆ ਤੇ ਅੱਜ ਜੇ ਉਹ ਸਿਆਸੀ ਤੌਰ ਤੇ ਉਹਨਾਂ ਨਾਲ ਬਹਿ ਕੇ ਉਥੋਂ ਉਹਦੇ ਲੈ ਲੈਣ ਤੇ ਠੀਕ ਹੈ ਤੇ ਜੇ ਕੋਈ ਇੱਕ ਨੈਤਿਕ ਤੌਰ ਤੇ ਕੋਈ ਆਗੂ ਦਰਬਾਰ ਸਾਹਿਬ ਆਇਆ ਕਿਸੇ ਜਥੇਦਾਰ ਨੂੰ ਮਿਲ ਜੇ ਤੇ ਉਪਰਾਧ ਦੇ ਇਹ ਕਿਹੜੀ ਕਿਤਾਬ ਦਾ ਸਾਨੂੰ ਤੇ ਫਾਰਮੂਲਾ ਹੈ ਇਹ ਤਾਂ ਸਾਡੀ ਸਮਝੋਂ ਬਾਹਰ ਹੋ ਜਾਂਦਾ ਹੈ ਬਾਕੀ ਜਿਹੜੀ ਜਿਹੇ ਨੈਤਿਕਤਾ ਮਿਲਦੀ ਹੁੰਦੀ ਰਹਿੰਦੀ ਐ ਅੱਜ ਵੀ ਬਾਹਰ ਅੰਦਰ ਜਾਣੇ ਕੋਈ ਮੁਸਲਮਾਨ ਪਾਈਟਾ ਡੈਲੀਗੇਟ ਆਉਂਦਾ ਕੋਈ ਸਾਇਇਦ ਦਾ ਡੈਲੀਗੇਟ ਆਉਂਦਾ ਕੋਈ ਯਾਰਸ ਦਾ ਡੈਲੀਗੇਟ ਆਉਂਦਾ ਕੋਈ ਸੋ ਬੰਦਾ ਹੁੰਦਾ ਇਹਨਾਂ ਪਦਮੀਆਂ ਦੇ ਉੱਤੇ ਲੋਕਾਂ ਦੇ ਮਨਾਂ 'ਚ ਜਿਹੜਾ ਪ੍ਰਭਾਵ ਤੇ ਹੈਗਾ ਹੀ ਐ ਨਾ ਉਹਨੂੰ ਪਾਸੇ ਥੋੜੀ ਕੀਤਾ ਜਾ ਸਕਦਾ ਤੇ ਅਸੀਂ ਜੇ ਮਹ ਲੋਕ ਇਹ ਅੱਜ ਇਸ ਇਹਨਾਂ ਭਾਈ ਵਾਲੀ ਹੁੰਦੀ ਆ ਭਾਜਪਾ ਨਾਲ ਇਕੱਲੇ ਲੜਦੀ ਅੱਜ ਸਤਾ ਵਿੱਚ ਹੁੰਦੇ ਫਿਰ ਉਹੀ ਹਰਪ੍ਰੀਤ ਸਿੰਘ ਰਹਿਣਾ ਸੀ ਤੇ ਉਹਨੂੰ ਇਹਨਾਂ 'ਤੇ ਇਲਜ਼ਾਮ ਲਾਣੇ ਸਨ ਮਨਸਨ ਗੱਲ ਤੇ ਹੈ ਕਿ ਅੱਜ ਇਹ ਚੀਜ਼ਾਂ ਜਿਹਨੂੰ ਅਸੀਂ ਆਪਣੇ ਸਵਾਰਥ ਦੀ ਮਨੁਜਾਬਦਕ ਲਾਏ ਜਾ ਰਹੇ ਨੇ ਕਿ ਸਾਨੂੰ ਆਪ ਮਸਲਾ ਤੁਹਾਡਾ ਜਿੱਥੇ ਬੰਦੀਦਾ ਹੈ ਉਥੇ ਪੇ ਤੁਹਾਡੇ ਉਥੇ ਚੱਲ ਆਰਗੂ ਹੋਣੇ ਨੇ ਜਾਂ ਬਹਿਸ ਹੋਣੀ ਹੈ ਜਾਂ ਉੱਤੇ ਗੱਲ ਚਰਚਾ ਹੋਣੀ ਹੈ ਤੇ ਜਥੇਦਾਰ ਸਾਹਮਣੇ ਉਹਨਾਂ ਤੁਸੀਂ ਕੋਰ ਪੈਸਟਾਈਜ ਕਰੀਏ ਕੋਈ ਬਿਆਨ ਦਿੰਦੇ ਹੋ ਕਿ ਸਿਆਸੀ ਨਹੀਂ ਹੈਗਾ ਜੀ ਧਾਰਮਿਕ ਤੌਰ ਤੇ ਵੇਖਣਾ ਚਾਹੀਦਾ ਹੈ ਜਿਹੜਾ ਕੋ ਸਿਆਸੀ ਤੌਰ ਤੇ ਤੇ ਕੋਈ ਨਿਰਣਾ ਨਾ ਲੈਣ ਅਸੀਂ ਬਾਹਰ ਬੈਠੇ ਡਿਕਟੇਟ ਕਰਨ ਵਾਲੇ ਕੌਣ ਹੁੰਦੇ ਆ ਜੀ ਉਠੇ ਮਸਲਾ ਗਿਆ ਜਿਤੇ ਕੌਮੀ ਮਸਲਾ ਹੈ ਜਿਤੇ ਬੰਦੀ ਨੇ ਇਹਨਾਂ ਨਗਾਰ ਆਇਆ ਇਹਨਾਂ ਕੁਝ ਹੋ ਗਿਆ ਸੌਦਾ ਸਾਦੀ ਮਾਫੀ ਹੋ ਗਈ ਜਿਤੇ ਅਸਤੀਤ ਅਸਤੇ ਉਹ ਲੋਕੀ ਉਹ ਆ ਜਿਨ੍ਹਾਂ ਨੇ ਆਪ ਜਾ ਕੇ ਅਕਲ ਤੇ ਲੈ ਕੇ ਦੇ ਕੇ ਆਇਆ ਕੋਨਾ ਜਥੇਦਾਰਨ ਤਲਬ ਕਰੋ ਜਿਨ੍ਹਾਂ ਦੇ ਵਿਲੇ ਅਪਰਾਧ ਹੋਇਆ ਸੀ ਜਿਨ੍ਹਾਂ ਨੂੰ ਇਹਨਾਂ ਸੁਖਵੀਰ ਬਾਦਲ ਉਹਨਾਂ ਨੇ ਆਪਣੀ ਕੋਠੀ ਸੱਦ ਕੇ ਸੌ 110 ਦੀ ਮਾਫੀ ਬਲਵਸ ਜੀ ਨਾਲ ਗੱਲ ਕੀਤੀ ਸੀ ਭਾ ਗੁਰਮੁਖ ਸਿੰਘ ਹੈ ਭਾ ਗਿਆਨੀ ਗੁਰਬਚਨ ਸਿੰਘ ਹੈ ਉਹਨਾਂ ਸਾਰਿਆਂ ਨੂੰ ਬੁਲਾਓ ਤੇ ਕੀ ਉਹਨਾਂ ਜੋ ਕੀਤਾ ਦੱਸਣ ਕੰਪਨੀ ਦਾ ਆਪਦੇ ਲੋਕ ਤਾਂ ਹੁਣ ਵੀ ਉਡੀਕ ਕਰ ਰਹੇ ਨੇ ਵੀ ਕਦੋਂ ਇਹ ਮਸਲੇ ਦਾ ਇਨਸਾਫ ਮਿਲੇ ਕਿ ਅਸੀਂ ਆ ਵੀ ਨਹੀਂ ਇੰਤਜ਼ਾਰ ਕਰ ਸਾਰੇ ਚਾਹੁੰਦੇ ਆ ਜੇ ਅਸੀਂ ਉਹਨਾਂ ਕੋ ਧੰਗ ਤਰੀਕਾ ਤੇ ਦੇਖਣੇ ਪੈਗਾ ਅਸੀਂ ਇਹ ਨਹੀਂ ਜਾਉਂਦਾ ਕਿ ਜੋ ਉਹਨਾਂ ਨੂੰ ਇਹ ਦੇ ਕਪ ਹੈ ਪੀਤ ਹੋ ਗਏ ਨੇ ਕੋਹੋ ਇਹ ਗੱਲ ਸਾਡੀ ਮਰਜ਼ੀ ਮੁਤਾਬਕ ਕਿਉਂ ਨਹੀਂ ਹੋ ਰਹੀ ਅੱਗੇ ਤੇ ਜਿਹੇ ਤਾਂ ਸਾਡੀ ਇੱਛਾ ਮੁਤਾਬਕ ਜਿਹੜੇ ਸਨ ਸਨ ਜੋ ਅਸੀਂ ਚਾਹੁੰਦੇ ਸੀ ਉਹਦੇ ਮੁਤਾਬਕ ਚੱਲਦੇ ਸਨ ਇਹ ਕਿਤੇ ਨਾ ਕਿਤੇ ਇਹ ਨਹੀਂ ਹੋਵੇ ਕਿ ਜੋ ਸਾਡੀ ਭਾਵਨਾ ਦੀ ਉਲਟ ਜਿਹੜੇ ਹੈ ਕੋਈ ਨਾ ਕੋਈ ਨਿਰਣਾ ਆ ਜਾਏ ਕੁਸੇ ਕਿ ਜਿੱਥੇ ਬੰਦੀ ਹੈ ਉੱਥੇ ਪਹੁੰਚ ਕੀਤੀ ਹੋਈ ਹੈ ਸਰ ਜਿੱਥੇ ਬੰਦੀ ਚਾਹੁੰਦੀ ਹੈ ਨੇ ਇਸ ਪਿੰਡ ਦਾ ਫੈਸਲਾ ਜਥੇਦਾਰ ਨਾ ਕਰਨ ਪੈਨਸਲਾ ਕੌਮ ਦੀ ਕਚਹਿਰੀ ਵਿੱਚ ਕੀਤਾ ਜਾਏ ਨਮਾਇੰਦਾ ਕੰਟ ਸੱਦਿਆ ਜਾਏ ਉਹਦੇ ਵਿੱਚ ਜਿੰਨੇ ਵੀ ਸਾਡੇ ਜਿਨ੍ਹਾਂ ਦੀ ਲੋੜੇ ਬਲਾਉਣ ਦੀ ਉਹਨੇ ਹੋਰ ਬੁਲਾਇਆ ਜਾਵੇ ਤੇ ਸਾਨੂੰ ਕੱਲੇ-ਕੱਲੇ ਪੁੱਛਿਆ ਜਾਏ ਕਿ ਇਹਨਾਂ 2007 ਤੋਂ ਲੈ ਕੇ ਹੁਣ ਤੱਕ ਜਿਹੜੇ ਤੁਸੀਂ ਅਪਰਾਧ ਕੀਤੇ ਇਹਨਾਂ ਨੂੰ ਕੌਮ ਨੂੰ ਜਵਾਬ ਦਿਓ ਇਹ ਮਸਲਾ ਇਹਨਾਂ ਸੌਖਾ ਜਿਆ ਨਹੀਂ ਹੈਗਾ ਜਿੰਨਾ ਸੌਖਾ ਸੀ ਮੰਨ ਕੇ ਚੱਲਦੇ ਆ ਕਿ ਗਏ ਤੇ ਉਥੇ ਸ਼ੂ ਮੰਤਰ ਕਰਕੇ ਬਾਹਰ ਨਿਕਲ ਕੇ ਆ ਜਾਵਾਂਗੇ ਇੰਜ ਨਹੀਂ ਹੈਗਾ ਕੌਮ ਜਾਗ ਗਈ ਹੋਈ ਹੈ ਕੌਮ ਨੇ ਬਹੁਤ ਸਾਰੇ ਚਿੱਠੀ ਪੱਤਰ ਉਥੇ ਦਿੱਤੇ ਹੋਣ ਕਿੰਨੀਆਂ ਜੱਥੇਬੰਦੀ ਤੁਸੀਂ ਦੇਖੋ ਸਾਡੇ ਸਾਹਮਣੇ ਵਕ ਤੁਸੀਂ ਮੀਡੀਆ ਨਾਲ ਜੁੜੇ ਹੋਏ ਹੋ ਤੇ ਅਸੀਂ ਮੀਡੀਆ ਤੇ ਆਪਾਂ ਗੱਲ ਕਰ ਰਹੇ ਹਾਂ ਇਸ ਜਦੋਂ ਕੌਮ ਦੇ ਮਸਲੇ ਵੱਡੇ ਹੋ ਜਾਂਦੇ ਹਨ ਤੇ ਵੱਡੇ ਮਸਲਿਆਂ ਨੂੰ ਵੱਡੇ ਦਿਲ ਦੇ ਨਾਲ ਤੇ ਵੱਡੇ ਸੰਦਰਭ ਵਿੱਚ ਹੱਲ ਕਰਨਾ ਪੈਂਦਾ ਹੈ ਗਾਨੀ ਜੀ ਇਹ ਮਸਲਾ ਹੁਣ ਫਿਲਹਾਲ ਕਾਫੀ ਵੱਡਾ ਹੋਇਆ ਹੋਇਆ ਕੱਲ ਜਿਹੜੀ ਹੈਗੀ ਆ ਕਾਰਵਾਈ ਲਗਭਗ 2 ਘੰਟੇ ਦੇ ਲਗਭਗ ਹੋਈ ਆ ਤੇ ਵਿਰਸਾ ਸਿੰਘ ਬੁਲਟੋਹਾ ਕਹਿ ਰਹੇ ਨੇ ਕਿ ਸਾਰੀ ਵੀਡੀਓ ਰਿਕਾਰਡਿੰਗ ਹੋਈ ਆ ਜਿੰਨੀ ਵੀ ਕਾਰਵਾਈ ਹੋਈ ਆ ਜੋ ਵੀ ਇਲਜ਼ਾਮ ਲੱਗੇ ਨੇ ਜੋ ਵੀ ਸਫਾਈ ਦਿੱਤੀ ਗਈ ਆ ਵੀਡੀਓ ਰਿਕਾਰਡਿੰਗ ਹੋਈ ਆ ਕਹਿੰਦੇ ਉਹ ਵੀਡੀਓ ਜਨਤਕ ਕੀਤੀ ਜਾਵੇ ਕੀ ਕਾਰਨ ਕਿ ਇਹ ਉਹ ਮੰਗ ਕਰ ਰਹੇ ਨੇ ਤਾਂ ਕੀ ਕਾਰਨ ਕਿ ਉਹ ਵੀਡੀਓ ਜਨਤਕ ਨਹੀਂ ਕੀਤੀ ਜਾ ਰਹੀ ਨਹੀਂ ਹਜੇ ਤੱਕ ਮਸਲਾ ਕੱਲ ਦਾ ਜੀ ਤੁਸੀਂ ਦੇਖੋ ਅੱਜ ਕੱਲ੍ਹ ਅਦਾਲਤਾਂ ਸੰਭਾਉ ਬਹੁਤ ਵੱਡੇ ਮਸਲੇ ਆ ਵੀਡੀਓ ਰਿਕਾਰਡਿੰਗ ਹੁੰਦੀ ਹੈ ਹਣੀ ਕਿਉਂ ਜੱਜ ਮੈਂ ਪਬਲਿਕ ਕੀਤੀ ਜਾਂਦੀ ਹੈ ਕਿਤੇ ਨੌਬਤ ਆਉਂਦੀ ਹੈ ਜਦੋਂ ਉਹਦਾ ਗੋਟੰਗ ਪ੍ਰੋਸੀਜਰ ਹੁੰਦੇ ਨੇ ਕੋਈ ਜਨਤਾ ਕਰਨ ਦੇ ਕਿ ਐ ਥੋੜੀ ਹੁੰਦਾ ਕਿ ਮੈਂ ਕਹਾਂ ਤੇ ਸੁਜੰਤਕ ਹੋ ਜਾਏਗੀ ਜਾਂ ਕੋਈ ਬੰਦਾ ਹੋਵੇ ਇੱਕ ਲੋਬਾ ਹੋਰ ਉੱਠ ਕੇ ਕਹੇ ਜਨਤੇ ਹੋਏਗੀ ਹਾਂ ਜੋ ਲੋੜ ਪਵੇਗੀ ਉਹ ਹੋਂ ਵਾਲੇ ਸਮੇਂ ਚ ਦੇ ਮੈਨੂੰ ਜਾਂਦਾ ਉਹਨਾਂ ਨੂੰ ਕੀ ਇਤਰਾਜ਼ ਹੋਏਗਾ ਜਦੋਂ ਜਿਹੜੀ ਚੀਜ਼ ਜਨਤੇ ਰਿਕਾਰਡਿੰਗ ਕੀਤੀ ਗਈ ਅਸਲੀ ਕੀਤੀ ਗਈ ਹੈ ਨਾ ਕਿ ਜੋ ਕੁਝ ਬੋਲਿਆ ਜਾ ਰਿਹਾ ਹੈ ਉਹ ਸਾਂਭਿਆ ਜਾ ਸਕੇ ਉਹਦੇ ਚ ਕੋਈ ਇਹ ਨਾ ਕਵੇ ਮੈਂ ਆ ਨਹੀਂ ਬੋਲਿਆ ਦੂਜਾ ਕਵੇ ਮੈਂ ਆ ਨਹੀਂ ਬੋਲਿਆ ਤੇ ਚੰਗੀ ਗੱਲ ਹੈ ਤੇ ਅਸੀਂ ਆਉਣ ਵਾਲਾ ਸਮਾਂ ਆਏਗਾ ਸਿੱਖ ਸੰਗਤ ਤੇ ਸਿੱਖ ਜਥੇਬੰਦੀਆਂ ਜਿਹੜੀਆਂ ਇਸ ਮੌਕੇ ਤੇ ਜਾਗਰੂਕ ਨਹੀਂ ਉਹਨਾਂ ਨੂੰ ਸਮਝ ਮੰਗ ਕਰਨੀਆਂ ਹੋ ਜਾਈਗੇ ਮਿਲਸਾ ਸੰਬਟੋਵਾ ਤੇ ਬੋਲ ਕੇ ਆ ਉਹਨੂੰ ਕੀ ਲੋੜ ਪਈ ਜਨਤਾ ਕਰਨ ਦੀ ਜੀ ਹੁਤੇ ਜੋ ਬੋਲਿਆ ਕੇ ਅੰਦਰ ਬੋਲਿਆ ਗਿਆ ਹੁਤੇ ਅਗਲਾ ਕ ਅਗਲਾ ਕੰਮ ਤਾਂ ਬਾਹਰ ਬੈਠੇ ਜਿਹੜੇ ਸਿੱਖ ਨੇ ਜਿਹੜੇ ਚਾਹਣਗੇ ਪਤਾ ਲੱਗੇ ਅੰਦਰ ਅੰਦਰ ਕੀ ਹੋਇਆ ਕਿ ਕਿਸ ਕੀ ਬੋਲਿਆ ਗਿਆ ਕੀ ਨਹੀਂ ਬੋਲਿਆ ਕੋਈ ਜਾਣਕਾਰੀ ਤਾਂ ਸਮਾਜ ਨੂੰ ਚਾਹੀਦੀ ਹੈ ਕੌਮ ਨੂੰ ਚਾਹੀਦੀ ਜਥੇਬੰਦੀ ਨੂੰ ਚਾਹੀਦੀ ਤਾਂ ਵੱਖਰਾ ਪੱਖ ਹੈ ਇਸ ਹਨ ਅਸੀਂ ਕਿ ਉਹਨਾਂ ਨੂੰ ਅੱਗੇ ਵੀ ਜਾਪਤੇ ਜਾਣਾ ਚਾਹੀਦਾ ਦੇਖੋ ਜਾਂਤੀ ਤੌਰ ਤੇ ਕਿਸੇ ਦਾ ਕਿਸੇ ਕੋ ਲੈਣਾ ਦੇਣਾ ਨਹੀਂ ਹੈ ਮਿਸਰ ਸਿੰਘ ਬਲਟੂਆ ਜੀ ਨੂੰ ਅਜੇ ਵੀ ਤਖਤਾਂ ਦੇ ਸਨਮਾਨ ਦੇ ਵਿੱਚ ਆ ਕੇ ਆਪਣੀ ਜਾਤੇ ਚ ਲੈਣਾ ਚਾਹੀਦਾ ਉਹਦੇ ਉਹਦੇ ਵਾਸਤੇ ਕੋਈ ਹੋਰ ਟੰਗ ਤੀਕਾ ਮੀਡੀਆ ਜੀ ਜਾ ਕੇ ਹਰ ਗੱਲ ਵੀ ਮੀਡੀਆ ਜੀ ਨਾਲ ਕੀਤੀ ਜਾਏ ਜੇ ਅਸੀਂ ਧੰਨ ਗੱਲ ਕਰ ਰਹੇ ਨਾ ਤੇ ਅਸੀਂ ਇਸੇ ਤਰ੍ਹਾਂ ਦਾ ਦਰਦ ਨਾ ਕਰ ਰਹੇ ਕਿ ਸਾਨੂੰ ਅੱਜ ਇਸ ਮਸਲੇ ਨੂੰ ਜਿਸ ਤਰ੍ਹਾਂ ਦਾ ਰੂਪ ਲੈ ਰਿਹਾ ਇਹ ਨਹੀਂ ਲੈਣਾ ਚਾਹੀਦਾ ਇਹ ਵਾਪਸ ਸਾਨੂੰ ਆਪਣੇ ਅੰਦਰ ਜਾ ਕੇ ਬੈਠ ਕੇ ਉੱਥੇ ਮਸਲੇ ਦੇ ਹੱਲ ਵਾਸਤੇ ਅੱਗੇ ਵਧਣ ਦੀ ਜਰੂਰਤ ਗਿਆਨੀ ਜੀ ਗੱਲ ਤੁਸੀਂ ਜਾਪਤੇ ਦੀ ਕਰ ਰਹੇ ਹੋ ਸ਼ਰਮ ਨੇ ਅਕਾਲੀ ਦਲ ਪੰਥਕ ਪਾਰਟੀ ਸ਼ੁਰੂ ਹੋਈ ਸੀ ਹੁਣ ਵੀ ਪੰਥ ਦੀ ਪਾਰਟੀ ਕਹਿੰਦੀ ਆ ਇਹ ਅਕਾਲ ਤਖਤ ਸਾਹਿਬ ਨੇ ਸੱਜਾ ਲਾਇਆ ਹੁਕਮ ਸੁਣਾਇਆ ਬਲਟੋਹਾ ਦੇ ਉੱਪਰ ਕਿ ਇਹ ਜਿਹੜਾ ਹੈਗਾ ਫੈਸਲਾ ਲਿਆ ਜਾ ਫਿਲਹਾਲ ਉਹ ਪਾਰਟ ਦਾ ਹਿੱਸਾ ਨਹੀਂ ਹੈਗੇ ਪਰ ਵਾਰ ਪਲਟ ਵਾਰ ਜਿਵੇਂ ਪਹਿਲਾਂ ਕਿਹਾ ਸੀ ਫਿਲਹਾਲ ਹਜੇ ਵੀ ਜਾਰੀ ਨੇ ਚਾਹੇ ਸਜ਼ਾ ਸੁਣਾ ਦਿੱਤੀ ਗਿਆ ਚਾਹੇ ਫੈਸਲਾ ਸੁਣਾ ਦਿੱਤਾ ਗਿਆ ਉਹਨਾਂ ਨੇ ਲਿਖਤੀ ਵੀ ਦੇ ਦਿੱਤਾ ਕਿ ਹਾਂ ਮੈਂ ਖੁਦ ਅਸਤੀਫਾ ਦੇਣਾ ਪਰ ਗੱਲ ਫਿਰ ਉਹੀ ਮਰਿਆਦੇ ਦੇ ਅੱਗੇ ਕਿ ਹੁਣ ਜਿਹੜੀ ਵਾਰ ਪਲਟਵਾਰ ਹੋ ਰਹੀ ਹੈਨ ਲੱਗਦਾ ਕਿ ਅਕਾਲ ਤਖਤ ਸਭ ਇਸ ਤੋਂ ਵੱਡਾ ਵੀ ਕੋਈ ਹੋਰ ਫੈਸਲਾ ਸੁਣਾ ਸਕਦਾ ਮੈਂ ਮੈਂ ਪਹਿਲੀ ਗੱਲ ਹੈ ਕਿ ਮੈਂ ਗੱਲ ਤਾਂ ਕਿਤੇ ਨਹੀਂ ਉਹਨਾਂ ਦੇ ਆਪ ਤੇ ਕੋਈ ਫੈਸਲਾ ਲਿਆ ਹੀ ਨਹੀਂ ਹੈ ਰੇਗਾ ਘਾਲ ਤਖਤ ਨੇ ਤਾਂ ਕਿਹਾ ਕੋਨੇ ਮਾਫੀ ਨਾਮਾ ਦਿੱਤਾ ਹੈ ਅਸੀਂ ਮਾਫੀ ਨਾਮਾ ਕੋਈ ਬੰਦਾ ਕੋ ਨਿਵੇਂ ਜਾਂਦਾ ਤੇ ਉਹਨੇ ਅਸੀਂ ਉਹਨੂੰ ਪ੍ਰਵਾਨ ਕਰ ਲਿਆ ਅਸੀਂ ਆਪਣੇ ਵੱਲੋਂ ਕੋਈ ਧਾਰਮਿਕ ਪੱਖ ਦੇ ਕੋਈ ਉਹ ਤੇ ਐਕਸ਼ਨ ਨਹੀਂ ਲੈ ਲੈ ਰਹੇ ਅਸੀਂ ਕੇਵਲ ਜਥੇਬੰਦੀ ਦੇ ਮੁਖੀ ਨੂੰ ਕਹਿ ਰਹੇ ਨੇ ਕਿ ਕਾਰਜਕਾਰੀ ਮੁਖੀ ਹੈ ਕਿ ਭਾਈ ਤੂੰ ਇਹ ਐਕਸ਼ਨ ਲੈ ਉਹਨੇ ਆਪਣੇ ਵੱਲੋਂ ਤਾਂ ਕੁਝ ਵੀ ਨਹੀਂ ਕੀਤਾ ਉਹਨਾਂ ਦੇ ਸ਼ਬਦ ਸੁਣ ਕੇ ਦੇਖੋ ਨਾ ਹਰਪ੍ਰੀਤ ਸਿੰਘ ਜੀ ਬੋਲ ਰਹੇ ਨੇ ਉਹ ਜੋ ਦਿਖਾ ਰਹੇ ਨੇ ਮਾਫੀ ਨਾਮਾ ਉਹੀ ਦਿਖਾ ਰਹੇ ਨੇ ਦੇ ਦੇ ਅੰਦਰ ਮਾਫੀਨਾਮਾ ਦਿੱਤਾ ਗਿਆ ਤੇ ਬਾਹਰ ਆ ਕੇ ਇਲਜ਼ਾਮ ਲਾਈ ਜਾਣ ਦੋ ਗੱਲਾਂ ਇਕੱਠੀਆਂ ਕਿਵੇਂ ਹੋ ਜਾਣਗੀਆਂ ਪਰ ਉਹ ਇਲਜ਼ਾਮ ਵੱਡੇ ਮੁਖੀ ਦੇ ਉੱਪਰ ਲੱਗ ਰਹੇ ਨੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਲੱਗ ਰਹੇ ਨੇ ਕਿ ਹਾਂ ਸਦਾ ਮੈਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਗਿਆ ਜਿੱਥੇ ਦਾ ਹਰਪ੍ਰੀਤ ਸਿੰਘ ਹੀ ਉਹਨਾਂ ਦਾ ਮਾਫੀਨਾਮਾ ਦਿਖਾ ਰਿਹਾ ਜਿਸ ਦਾ ਹਰਪ੍ਰੀਤ ਸਿੰਘ ਇਹ ਸ਼ਬਦ ਬੋਲ ਰਿਹਾ ਕਿ ਉਹਨਾਂ ਨੇ ਮਾਫੀਨਾਮਾ ਦਿੱਤਾ ਹੈ ਅਸੀਂ ਵਿਚਾਰ ਕਰਨ ਤੋਂ ਬਾਅਦ ਮਾਫੀਨਾਮਾ ਪ੍ਰਵਾਨ ਕਰਦੇ ਹਾਂ ਅਸੀਂ ਆਪਣੇ ਵੱਲੋਂ ਕੁਝ ਵੀ ਸਜ਼ਾ ਉਹਨੂੰ ਨਹੀਂ ਦੇ ਰਹੇ ਤੇ ਜਥੇਬੰਦੀ ਨੂੰ ਕਹਿ ਰਹੇ ਆ ਕਿ ਇਸ ਮਨੁੱਖ ਨੂੰ ਆਪਣੀ ਜਥੇਬੰਦੀ ਵਿੱਚ ਜਿਹੜੇ ਸਿਆਸੀ ਤੌਰ ਤੇ ਜਿਹੜੀ ਜ਼ਿੰਮੇਵਾਰੀਆਂ ਨੇ ਉਥੋਂ ਇਹਦੀਆਂ ਸਮਾਵਾਂ ਨੂੰ ਖਤਮ ਕੀਤਾ ਜਾਏ 10 ਸਾਲ ਵਾਸਤੇ ਉਹਨੇ ਹਿੱਤੇ ਉੱਗ ਲਓ ਤੇ ਹਰਪ੍ਰੀਤ ਸਿੰਘ ਜੀ ਬੋਲ ਰਹੇ ਨੇ ਉਹ ਦੂਜੇ ਤੇ ਬੰਦਾ ਬੋਲ ਨਹੀਂ মিডিਆ ਤੋਂ ਸਟੇਟਮੈਂਟ ਸੁਣ ਕੇ ਦੇਖ ਲਓ ਤੁਸੀਂ ਪਰ ਸਵਾਲ ਮੇਰਾ ਉਹੀ ਹੈ ਜੀ ਮਾਫੀਨਾਮਾ ਉਹ ਕਬੂਲ ਹੋ ਗਿਆ ਪਾਰਟੀ ਚੋਂ ਬਾਹਰ ਕਰਤਾ ਪਰ ਇਲਜ਼ਾਮ ਫੇਰ ਜਥੇਦਾਰ ਜੀ ਦੇ ਉੱਪਰ ਲਾਰੇ ਨੇ ਉਹ ਕਹਿ ਰਹੇ ਨੇ ਕਿ ਸਾਰਾ ਕੁਝ ਜਾਣ ਬੁੱਝ ਕੇ ਕੀਤਾ ਗਿਆ ਇਸ ਦੇ ਉੱਪਰ ਲੱਗਦਾ ਕਿ ਹਾਂ ਕਿ ਹੋਰ ਵੱਡਾ ਐਕਸ਼ਨ ਹੋ ਜਾ ਕਿ ਹੋਰ ਵੱਡਾ ਫੈਸਲਾ ਜਾ ਕਿ ਹੋਰ ਵੱਡੀ ਸਜ਼ਾ ਸੁਣਾਈ ਵੇ ਗੱਲ ਇਹ ਕਿ ਅਸੀਂ ਤੋਂ ਪਹਿਲੇ ਗੱਲ ਹੈ ਕਿ ਸਦਰ ਬਿਰਸਾ ਸਿੰਘ ਵੀ ਅਸੀਂ ਆਪਣੀ ਜਾਤੀ ਦੇ ਤੌਰ ਤੇ ਵੀ ਕਹਿੰਦੇ ਆ ਕਿ ਇਹ ਤੁਹਾਡੀ ਪੋਜੀਸ਼ਨ ਬਿਆਨਬਾਜ਼ੀ ਕਰਨ ਦੀ ਨਹੀਂ ਇਲਜ਼ਾਮ ਦਰਬ ਦਾ ਇਲਜ਼ਾਮ ਲਾਉਂਦੀ ਨਹੀਂ ਹੈ ਕੋਈ ਤੁਸੀਂ ਜੋ ਇੱਕ ਪਾਸੇ ਸਨਮਾਨ ਪੇਸ਼ ਕਰਦੇ ਹੋ ਤੁਸੀਂ ਜੋ ਕਹਿਣਾ ਹੈ ਤਾਂ ਉੱਥੇ ਜਾ ਕੇ ਹਾਜ਼ਰ ਹੋ ਕੇ ਕਹਿ ਦਿਓ ਤੁਹਾਨੂੰ ਕੋਈ ਜਵਾਬ ਚਾਹੀਦਾ ਉੱਥੇ ਜਾ ਕੇ ਮੰਗ ਲਓ ਤੁਹਾਨੂੰ ਤੁਸੀਂ ਪਾਬੰਦੀ ਥੋੜੀ ਲਾਈ ਤਾਂ ਉੱਥੇ ਜਾਣ ਦਿਓ ਨਾ ਤੰਤਰ ਘਾਇਆ ਕਰਾ ਦਿੱਤਾ ਗਿਆ ਨਾ ਤੁਹਾਨੂੰ ਕੋਈ ਹੋਰ ਐਕਸ਼ਨ ਲਿਆ ਗਿਆ ਤੁਸੀਂ ਉਥੇ ਜਾ ਸਕਦੇ ਹੋ ਨਾ ਜਾ ਕੇ ਰੱਖੋ ਨਾ ਉਥੇ ਜਾ ਕੇ ਆਪਣੀ ਸੁਖਵੀਰ ਸਿੰਘ ਬਾਦਲ ਦੇ ਜਿਹੜੀ ਕੇਸ ਚੱਲ ਰਿਹਾ ਉਹਦਾ ਕਦੋਂ ਤੱਕ ਜਿਹੜਾ ਪੁਖਤਾ ਜਵਾਬ ਆ ਸਕਦਾ ਜਿਹੜਾ ਅਕਾਲ ਤਖਤ ਸਾਹਿਬ ਕਿੰਨੇ ਕੁ ਹੋਰ ਜਿਹੜੇ ਹੈਗੇ ਇਹ ਕਾਰਵਾਈ ਦੀ ਵੀ ਕਰਨੀ ਪੈ ਸਕਦੀ ਹੈ ਅਸੀਂ ਮੰਨ ਕੇ ਚੱਲਦੇ ਮਸਲਾ ਗੰਭੀਰ ਹੈ ਤੇ ਵੱਡਾ ਹੈ ਜਥੇਦਾਰ ਜਿਵੇਂ ਜਾਬਦਾ ਕਿਹਨਾਂ ਦਿਨਾਂ ਚ ਕੋਈ ਖਾਲੀ ਨਹੀਂ ਬੈਠੇ ਹੋਣਗੇ ਉਹ ਪਹਿਲੀ ਵਾਰ ਇਸ ਤਰ੍ਹਾਂ ਦਾ ਇੱਕ ਮਸਲਾ ਆਇਆ ਹੈ ਜਿਸ ਮਸਲੇ ਲਈ ਜਵਾਬ ਦੇਣ ਦੇ ਲਈ ਕਈ ਤਰ੍ਹਾਂ ਦੇ ਕੁਲ ਉੱਤਰ ਲੈਣੇ ਬੜੇ ਜ਼ਰੂਰੀ ਹਨ ਹਾਂਜੀ ਉਹ ਮਸਲਾ ਇੱਕ ਦਿਨ ਦਾ ਨਹੀਂ ਹੈਗਾ ਮਸਲੇ ਦਾ ਸਿਲਸਿਲਾ ਬੜਾ ਲੰਮਾ 2007 ਤੋਂ ਲਗਾਤਾਰ ਅੱਗੇ ਵਧਦਾ ਵੱਧਾ ਇਥੋਂ ਤੱਕ ਵੱਚਕਾ ਹੋਇਆ ਔਰ ਇਹ 15 ਤੋਂ ਲੈ ਕੇ ਜਿਹੜੇ ਹੁਣ ਤੱਕ ਦੇ ਵਰਤਾਰੇ ਨੇ ਇਹ ਹੀ ਨਹੀਂ ਗਿਣੇ ਸਾਡੇ ਕੋਈ ਗਿਣੇ ਜਾਂਦੇ ਸੌਦਾ ਸੌਦਾ ਦੀ ਮਾਫੀ ਦਾ ਮਸਲਾ ਨਹੀਂ ਗਿਣਿਆ ਜਾਂਦਾ ਮਸਲਾ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਦੇ ਨਾਲ ਜੁੜਿਆ ਹੋਇਆ ਹੈ ਪੰਥ ਦੀ ਜਥੇਬੰਦੀ ਦੀ ਨੋਕ ਓਹ ਕਹਿੰਦੇ ਜੀ ਜਿੰਨੇ ਵੱਡੇ ਮਸਲੇ ਨੇ ਜਿੰਨੇ ਗੰਭੀਰ ਮਸਲੇ ਨੇ ਉੰਨੇ ਹੀ ਜ਼ਿਆਦਾ ਲੰਮਾ ਸਮਾਂ ਲੱਗ ਰਿਹਾ ਇਹ ਗੱਲ ਕਿ ਲਗ ਲੰਮਾ ਸਮਾਂ ਲੱਗਦਾ ਛੋਟਿਆਂ ਦੇ ਤਾਂ ਮਸਲਾ ਸਮਝਣ ਲੱਗਦੇ ਨਹੀਂ ਤੁਸੀਂ ਸਿਆਣੇ ਬੰਦੇਓ ਜੋ ਵੱਡੇ ਹੁੰਦੇ ਉਹਦੇ ਤੇ ਬੈਸ ਹੁੰਦੀ ਹੈ ਕਈ ਤਿੰਨ 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 ਚਾਰ ਚਾਰ ਦਿਨ ਬੈਸਾਂ ਵੀ ਹੁੰਦੀਆਂ ਨੇ ਮੈਨੂੰ ਜਾਂਦਾ ਅਸੀਂ ਜੋ ਚਾਹੁੰਦੇ ਹਾਂ ਜਥੇਦਾਰ ਤੇ ਮੰਤਰੀ ਕੀ ਅਸੀਂ ਨਹੀਂ ਕਹਿ ਸਕਦੇ ਪਰ ਸਾਨੂੰ ਜਾਂਦਾ ਹੈ ਕਿ ਕੱਲ੍ਹ ਇਸ ਮੇਰੇ ਕੋ ਖਬਰ ਸੀ ਕਿ ਸ਼ੈਦ ਹੋਣ ਵਾਲੇ ਦਿਨਾਂ 'ਚ ਉਹ ਬਹੁਛੇਤੀ ਜਥੇਬੰਦੀਆਂ ਦਾ ਇਕੱਠ ਕਰਕੇ ਇਸ ਮਸਲੇ ਦੇ ਉੱਤੇ ਇਹਦੀ ਚਰਚਾ ਨੂੰ ਅੱਗੇ ਵਧਾ ਕੇ ਉਹ ਵੀ ਨਿਰਣੇ ਵਾਲੇ ਪਾਸੇ ਵੱਧਣ ਦੀ ਕੋਈ ਕੋਈ ਸਮਾਹਮਨਾ ਉਹ ਵੀ ਰੱਖ ਲੈਣ ਆਪਣੇ ਚ ਬਿਲਕੁਲ ਇਹਨਾਂ ਗਿਆਨੀ ਕੇਵਲ ਸਿੰਘ ਜੀ ਸਾਫਕਾ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਫ ਤੌਰ ਤੇ ਕਿਹਾ ਜਾ ਰਿਹਾ ਕਿ ਜੋ ਵੀ ਮਸਲਾ ਹੈਗਾ ਗੰਭੀਰ ਮਸਲਾ ਪੰਥ ਨੂੰ ਲੈ ਕੇ ਮਸਲਾ ਹੈਗਾ ਇਹਦੇ ਜਿਹੜੀ ਬਿਆਨਬਾਜ਼ੀ ਆ ਉਹ ਇਸ ਤਰੀਕੇ ਨਾਲ ਨਾ ਕੀਤੀ ਜਾਵੇ ਹਰ ਇੱਕ ਕਾਰਵਾਈ ਜਾਬਤੇ ਦੇ ਵਿੱਚ ਰਹਿ ਕੇ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਕੀਤੀ ਜਾਵੇ ਪਰ ਦੂਜੇ ਪਾਸੇ ਵਿਰਸਾ ਸਿੰਘ ਬਲਟੋਹਾ ਲਗਾਤਾਰ ਆਪਣੀ ਬਿਆਨਬਾਜ਼ੀ ਉਸੇ ਤਰੀਕੇ ਨਾਲ ਕਰ ਰਹੇ ਨੇ ਬਾਹਰ ਪਲਟ ਵਾਰ ਲਗਾਤਾਰ ਕੀਤੇ ਜਾ ਰਹੇ ਨੇ ਤੇ ਹੁਣ ਇੱਕ ਵੱਡਾ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਉੱਪਰ ਲਗਾਇਆ ਜਾ ਰਿਹਾ ਹੈ ਕਿ ਜੋ ਵੀ ਕਾਰਵਾਈ ਹੋਈ ਆ ਉਹਨਾਂ ਦੇ ਵੱਲੋਂ ਜਾਣਬੁੱਝ ਕੇ ਮੈਨੂੰ ਟਾਰਗੇਟ ਕਰਕੇ ਹੋਈ ਆ ਹੁਣ ਅਗਲਾ ਐਕਸ਼ਨ ਅਕਾਲ ਤਖਤ ਸਾਹਿਬ ਦਾ ਕੀ ਹੋਊਗਾ ਕੀ ਕੋਈ ਹੋਰ ਵੱਡਾ ਫੈਸਲਾ ਵਿਰਸਾ ਸਿੰਘ ਬੁਲਟੋਹਾ ਦੇ ਉੱਪਰ ਲਿਆ ਜਾ ਸਕਦਾ ਜਾਂ ਨਹੀਂ ਚਰਨਜੀਤ ਕੌਸ਼ਲ ਸਿੰਘ ਰੂਰ ਤੋਂ ਨਿਊਜ਼ 18 ਪੰਜਾਬ